ਪੰਜਾਬ ਅੰਦਰ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਮਕਸਦ ਨਾਲ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਚੈਕਿੰਗ ਅਭਿਆਨ ਦੀ ਕੜੀ ਦੇ ਤਹਿਤ ਫਗਵਾੜਾ ਵਿਖੇ IG RK ਜੈਸਵਾਲ ਅਤੇ SSP ਕਪੂਰਥਲਾ ਨਵਨੀਤ ਸਿੰਘ ਬੈਂਸ ਦੀ ਅਗਵਾਈ ਹੇਠ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਵਿੱਚ ਉਹਨਾਂ ਨਾਲ SP ਫਗਵਾੜਾ ਮੁਖਤਿਆਰ ਰਾਏ, DSP ਫਗਵਾੜਾ ਜਸਪ੍ਰੀਤ ਸਿੰਘ, SHO ਥਾਣਾ ਸਿਟੀ ਅਮਨਦੀਪ ਨਾਹਰ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਭਾਰੀ ਪੁਲਿਸ ਫੋਰਸ ਸਮੇਤ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫਗਵਾੜਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਪੁਲਿਸ ਵੱਲੋਂ ਲਗਾਏ ਜਾ ਰਹੇ ਨਾਕਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਿਖੇ ਆਏ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ IG RK ਜੈਸਵਾਲ ਨੇ ਕਿਹਾ ਕਿ DGP ਪੰਜਾਬ ਦੇ ਹੁਕਮਾਂ 'ਤੇ ਪੁਲਿਸ ਵੱਲੋਂ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਗਲਤ ਹਰਕਤ ਨੂੰ ਅੰਜਾਮ ਨਾ ਦੇ ਸਕੇ। ਉਹਨਾਂ ਸ਼ਹਿਰ ਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਦਿਖੇ ਜਾਂ ਕੋਈ ਲਾਵਾਰਿਸ ਬੈਗ ਜਾਂ ਕੋਈ ਚੀਜ਼ ਮਿਲੇ ਤਾਂ ਉਹ ਤੁਰੰਤ ਹੀ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਸਮੇਂ ਰਹਿੰਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਟਾਈਮ ਟੂ ਟਾਈਮ ਮਾਨਯੋਗ DGP ਸਾਹਿਬ ਜੋ ਹੈ ਨਾ ਉਹ ਇਸ ਤਰ੍ਹਾਂ ਦੀ ਚੈਕਿੰਗ ਅਭਿਆਨ ਉਹ ਕਰਾਉਂਦੇ ਹੈ ਪੂਰੇ ਸਟੇਟ ਦੇ ਵਿੱਚ, ਔਰ ਅੱਜ ਦਾ ਜਿਹੜਾ ਹੈਗਾ ਇਹੀ ਪਰਪਸ ਹੈ ਕਿ ਜਿਹੜੀਆਂ ਪਬਲਿਕ ਪਲੇਸਿਸ ਹੈ ਲਾਈਕ ਰੇਲਵੇ ਸਟੇਸ਼ਨ, ਬੱਸ ਸਟੈਂਡ, ਇੰਪੋਰਟੈਂਟ ਜਿਹੜੇ ਪੁਆਇੰਟਸ ਹੈ ਉੱਥੇ ਫੋਰਸ ਨੂੰ ਲੈ ਕੇ ਚੈੱਕ ਕੀਤਾ ਜਾ ਰਿਹਾ ਹੈ। ਜਿਹੜੀਆਂ ਮੂਵਮੈਂਟਸ ਹੈ ਸ਼ੱਕੀ ਬੰਦੇ ਦੀਆਂ, ਜੋ ਸ਼ੱਕੀ ਵਹੀਕਲ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ। ਸਰ ਅੱਜ ਕੋਈ ਸ਼ੱਕੀ ਵਿਅਕਤੀ ਆਇਆ ਹੋਇਆ ਸਾਹਮਣੇ ਕੋਈ ਇੱਦਾਂ ਦਾ? ਹਾਲੇ ਚੈਕਿੰਗ ਚੱਲ ਰਹੀ ਹੈ ਜੀ, ਇਹ ਚੈਕਿੰਗ 4 ਵਜੇ ਤੱਕ ਚੱਲਣੀ ਹੈ। 4 ਵਜੇ ਫਿਰ SSP ਸਾਹਿਬ ਸਾਰੀਆਂ ਰਿਪੋਰਟਸ ਲੈ ਕੇ ਕੰਪਾਈਲ ਕਰਨਗੇ, ਫਿਰ ਪਤਾ ਲੱਗੇਗਾ ਕਿ ਕਿੰਨੇ ਬੰਦੇ ਫੜੇ ਗਏ, ਕਿ ਕੁਛ ਰਿਕਵਰੀ ਹੋਈ ਹੈ। ਜਿਹੜੀ ਚੈਕਿੰਗ ਅੱਜ ਦੇ ਦਿਨ ਲਈ ਕਿ ਰੈਗੂਲਰ ਇਹ ਇੱਦਾਂ ਚਲਾਈ ਜਾਏ? ਨਹੀਂ ਨਹੀਂ, ਇਹ ਸਰਪ੍ਰਾਈਜ਼ ਇਹਨੂੰ ਕਹਿ ਲਓ ਕਿ ਸੋ ਡੇਲੀ ਤਾਂ ਨਹੀਂ ਕਰ ਸਕਦੇ ਹੈ, ਲੇਕਿਨ ਟਾਈਮ ਟੂ ਟਾਈਮ ਇਹਨੂੰ ਸਰਪ੍ਰਾਈਜ਼ ਚੈਕਿੰਗ ਜੋ ਹੈ ਨਾ, ਖਾਸ ਕੇ ਚੰਡੀਗੜ੍ਹ ਪੰਜਾਬ ਦੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੈ ਇਹਨਾਂ ਨੂੰ ਡਿਸਟ੍ਰਿਕਟ ਵਾਈਜ਼ ਇਹਨਾਂ ਦੀ ਡਿਊਟੀ ਲੱਗਦੀ ਹੈ ਕਿ ਜਾਓ ਤੁਸੀਂ ਦੇਖੋ, ਸੁਪਰਵਾਈਜ਼ ਕਰੋ ਕਿੰਨੀ ਇਫੈਕਟਿਵ ਤਰੀਕੇ ਨਾਲ ਚੈਕਿੰਗ ਚੱਲ ਰਹੀ ਹੈ। ਸਰ, ਸੁਰੱਖਿਆ ਪ੍ਰਬੰਧਾਂ ਲਈ CC ਕੈਮਰੇ ਲਗਾਏ ਗਏ ਸੀ ਸ਼ਹਿਰ ਦੇ ਵਿੱਚ ਜਨਤਾ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਵੱਲੋਂ, ਤੇ ਕੀ ਉਹ ਰੂਟੀਨ ਵਰਕ ਕਰ ਰਹੇ ਆ ਹੁਣ? ਵਹੀ ਤਾਂ ਆਪਾਂ ਚੈੱਕ ਕਰ ਰਹੇ ਹਾਂ, ਹੁਣੇ ਮੈਂ ਚੈੱਕ ਕਰਕੇ ਆਇਆ, ਜਿਵੇਂ ਅੱਜ CCTV ਕੈਮਰਾ ਦੇਖ ਕੇ ਆਇਆ ਕਿ ਜੋ ਕਿੰਨੀਆਂ 28 ਕੈਮਰੇ ਲੱਗੇ ਹੈ ਇੱਥੇ, 28 ਦੇ ਵਿੱਚ ਪਤਾ ਲੱਗਿਆ ਕਿ ਚਲੋ 28 ਦੇ ਵਿੱਚ 25 ਵਰਕਿੰਗ ਹੈ, ਜੇ 3 ਨਹੀਂ ਵਰਕਿੰਗ ਹੈ ਤਾਂ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਹਵਾਈ ਨੂੰ ਓਪਰੇਸ਼ਨਲ ਕਰੋ। ਚੈਕਿੰਗ ਦਾ ਪਰਪਸ ਇਹੀ ਹੁੰਦਾ ਹੈਗਾ ਕਿ ਸਾਰੀਆਂ ਚੀਜ਼ਾਂ ਸਹੀ ਤਰੀਕੇ ਨਾਲ ਚੱਲ ਰਹੀ ਹੈ ਨਹੀਂ, ਇਹ ਚੈੱਕ ਕਰਨਾ ਹੈ ਸੀਨੀਅਰ ਅਫਸਰ ਨੂੰ, ਔਰ ਅੱਗੇ ਫਿਰ ਆਪਾਂ ਨੂੰ ਗਾਈਡ ਕਰਾਂਗੇ ਕਿ ਇਹਨਾਂ ਨੂੰ ਹੋਰ ਕਿੰਨਾ ਇਫੈਕਟਿਵ ਬਣਾ ਸਕਦੇ ਹਾਂ। ਬੱਸ ਸਟੈਂਡ 'ਚ ਕੈਮਰੇ ਲੱਗੇ ਹੋਏ, ਸੁਰੱਖਿਆ ਦੇ ਮੱਦੇ ਰਹੇ ਕਾਫੀ ਲੰਬੇ ਸਮੇਂ ਤੱਕ, ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਰਾਬ ਪਏ ਹੋਏ ਆ, ਤਾਂ ਹੁਣ ਮੈਂ ਜਾ ਕੇ ਦੇਖਾਂਗਾ ਨਾ। ਮੈਂ ਉੱਥੇ ਹੀ ਜਾ ਰਿਹਾ ਹਾਂ, ਮੈਂ ਬੱਸ ਸਟੈਂਡ ਹੀ ਜਾ ਰਿਹਾ, ਮੈਂ SSP ਸਾਹਿਬ ਮੇਰੇ ਨਾਲ ਜਾ ਰਹੇ ਹਾਂ। ਜਿੱਥੇ ਕੋਈ ਕਮੀ ਬੇਸੀ ਹੋਏਗੀ ਆਪਾਂ ਉਹ ਸੰਬੰਧਿਤ ਅਥਾਰਿਟੀ ਨੂੰ ਚਿੱਠੀ ਲਿਖਾਂਗੇ, ਉਹਨਾਂ ਨਾਲ ਗੱਲ ਕਰਾਂਗੇ ਕਿ ਇਹਨੂੰ ਠੀਕ ਕਰੋ। ਸਾਡੇ ਆਂਸਰ ਨੂੰ ਤਾਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ? ਸਾਰੀ ਚੈਕਿੰਗ ਹੀ ਇੱਕ ਮੈਸੇਜ ਹੈ, ਚੈਕਿੰਗ ਜੇ ਹੋ ਰਹੀ ਹੈ ਤਾਂ ਉਹਨਾਂ ਨੂੰ ਮੈਸੇਜ ਚਲਾ ਗਿਆ, ਉਹਨਾਂ ਨੂੰ ਪਹਿਲੇ ਮੈਸੇਜ ਚਲਾ ਜਾਂਦਾ ਹੈ। ਇਸ ਕਰਕੇ ਮੈਸੇਜ ਇਹੀ ਹੈ ਕਿ ਕੋਈ ਕ੍ਰਾਈਮ ਨਾ ਕਰੋ, ਜੇ ਕਰੋਗੇ ਜਾਂ ਤਿਆਰੀ ਵੀ ਕਰੋਗੇ ਕ੍ਰਾਈਮ ਦੀ ਤਾਂ ਆਪਾਂ ਤੁਹਾਨੂੰ ਫੜ ਕੇ ਫਿਰ ਅੰਦਰ ਕਰਾਂਗੇ ਫਿਰ, ਠੀਕ ਹੈ।